ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਅਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ, ਉਹਨਾਂ ਦੀ ਬਹੁਤ ਕਿਰਪਾ ਹੋਈ ਹੈ। ਸ਼ਹੀਦੀ ਧਾਰੇ ਦਾ ਅੱਜ ਬਹੁਤ ਵੈਰਾਗਮਈ, ਜਦੋਂ ਮੈਂ ਜੋੜੇ ਜਮ੍ਹਾਂ ਕਰਾਏ ਅਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਜਲ ਵਹਿ ਤੁਰਿਆ ਅਤੇ ਮੈਂ ਬੜੀ ਮੁਸ਼ਕਿਲ ਰੋਕ ਰਿਹਾ ਸੀ, ਕਿਉਂਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੱਲ੍ਹ ਤੋਂ ਹੀ ਯਾਦ ਆ ਰਹੀ ਸੀ। ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ। ਮੈਂ ਦਲਵੀਰ ਸਿੰਘ, ਮੈਂ ਦਿੱਲੀਓਂ ਆਇਆ ਦਰਸ਼ਨ ਕਰਕੇ, ਇੱਧਰ ਕਰਨ ਆਇਆ ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਅਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ, ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਕਿ ਅੱਜ ਇੱਕ ਘੰਟਾ ਅੰਦਰ ਜਾਣ ਵਾਸਤੇ ਲੱਗਿਆ, ਕਈ ਵਾਰੀ ਦੋ ਵੀ ਲੱਗਦੇ ਨੇ, ਪਰ ਅੱਜ ਸਤਿਗੁਰੂ ਰਾਮਦਾਸ ਜੀ ਨੇ ਖੁੱਲ੍ਹੇ ਦਰਸ਼ਨ ਹੋਏ ਆ, ਬਹੁਤ ਆਨੰਦ ਆਇਆ, ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ। ਹਾਂਜੀ, ਸ਼ਹੀਦੀ ਧਾਰੇ ਦਾ ਅੱਜ ਬਹੁਤ ਵੈਰਾਗਮਈ, ਜਦੋਂ ਮੈਂ ਜੋੜੇ ਜਮ੍ਹਾਂ ਕਰਾਏ ਅਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਜਲ ਵਹਿ ਤੁਰਿਆ ਅਤੇ ਮੈਂ ਬੜੀ ਮੁਸ਼ਕਿਲ ਰੋਕ ਰਿਹਾ ਸੀ, ਕਿਉਂਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੱਲ੍ਹ ਤੋਂ ਹੀ ਯਾਦ ਆ ਰਹੀ ਸੀ। ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ, ਇਹ ਬਚਨ ਨਹੀਂ ਮੈਂ ਕਰ ਸਕਦਾ, ਕਿਉਂਕਿ ਮੈਂ ਸੁਰਤ ਮੇਰੀ, ਬੇਸ਼ੱਕ ਮੈਂ ਇੱਥੇ ਆਇਆ ਸਤਿਗੁਰੂ ਰਾਮਦਾਸ ਦੇ ਚਰਨਾਂ 'ਚ ਹਾਂ, ਪਰ ਸੁਰਤ ਮੇਰੀ ਫਿਰ ਉੱਥੇ ਹੀ ਜਾ ਰਹੀ ਸੀ ਛੋਟੇ ਸਾਹਿਬਜ਼ਾਦਿਆਂ ਦੇ, ਅਤੇ ਇਸ ਕਰਕੇ ਮੇਰੀ ਬੇਨਤੀ ਹੈ ਬਸ ਸਭ ਦਾ ਭਲਾ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਅੱਗੇ ਮੇਰੀ ਨਮਸਕਾਰ ਹੈ, ਸਭ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ, ਉਹਨਾਂ ਦੀ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ, ਉਹਨਾਂ ਦਾ ਕੋਈ ਮੁੱਲ ਨਹੀਂ ਧਾਰ ਸਕਦੇ, ਅਤੇ ਸਭ ਦੁਨੀਆ ਜਿੰਨੀ ਹੈ, ਮੈਂ ਅਕਾਲ ਪੁਰਖ ਅੱਗੇ ਵੀ ਬੇਨਤੀ ਕਰਦਾ ਸਤਿਗੁਰੂ ਜੀ ਉਹ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟੀ ਕੋਟੀ ਪ੍ਰਣਾਮ ਕਰਦੇ ਰਹੀਏ, ਕਰੋੜਾਂ ਪ੍ਰਣਾਮ ਹੁੰਦੇ ਰਹਿਣ, ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰੂ ਜੀ ਜੀ। ਅਰਦਾਸ ਕੀਤੀ ਸਤਿਗੁਰੂ ਰਾਮਦਾਸ ਜੀ ਅੱਗੇ ਕਿ ਸਭ ਦਾ ਭਲਾ ਹੋ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਭਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਰਨੈਲ ਸਿੰਘ, ਜੋ ਕਿ ਨੇਤਾ ਪ੍ਰਤੀ ਹਰਿਮੰਦਰ ਸਾਹਿਬ ਗੁਰੂ ਸਾਹਿਬ ਕਿਰਪਾ ਦੁਆਰਾ ਦਰਸ਼ਨ ਕਰਨ ਆਉਂਦਾ ਹੈ, ਆਹ ਵੀ ਦੇਖ ਰਹੇ ਹੋ ਕਿ ਬੇਅੰਤ ਸੰਗਤਾਂ ਪੁੱਜ ਰਹੀਆਂ ਹਨ। ਇਹ ਜੋ ਦਿਨ ਚੱਲ ਰਹੇ ਹਨ, ਇਹ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ, ਉਹਨਾਂ ਦਾ ਜੋ ਹੈ ਸ਼ਹੀਦੀ ਜਿਹਾ ਹੈ ਪੰਦਰਵਾੜਾ ਚੱਲ ਰਿਹਾ ਹੈ। ਹਰ ਸੰਗਤ ਦੇ ਮਨ 'ਚ ਚਾਅ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ। ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਛ ਕਰਦਾ ਹੈ, ਪਰ ਇਹ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ, ਇਹਨਾਂ ਨੇ ਮਨੁੱਖਤਾ ਦੀ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ, ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ 'ਤੇ ਰਹਿ ਸਕਣ, ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ 'ਚ ਰਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਧਰਮ ਸੀ ਉਸਨੂੰ ਪ੍ਰੇਰਨਾ ਦਿੱਤੀ, ਤੁਸੀਂ ਆਪਣੇ ਧਰਮ 'ਚ ਪੱਕੇ ਰਹੋ। ਤੋ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ, ਤਾਂ ਜੋ ਉਹ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ। ਸ਼੍ਰੀ ਹਰਿਮੰਦਰ ਸਾਹਿਬ, ਜੋ ਕਿ ਸ਼੍ਰੀ ਗੁਰੂ ਰਾਮਦਾਸ ਜੀ ਵਗੈਰਾ ਜੀ ਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਬਣਾਇਆ ਗਿਆ ਹੈ, ਇਹ ਗੁਰੂ ਅਰਜਨ ਦੇਵ ਮਹਾਰਾਜ ਅਤੇ ਚੌਥੇ ਪਾਤਸ਼ਾਹ ਨਾਲ ਸੰਬੰਧਿਤ ਗੁਰਦੁਆਰਾ ਹੈ। ਸੰਗਤਾਂ ਦੇ ਮਨ 'ਚ ਚਾਅ ਰਹਿੰਦਾ ਹੈ, ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ। ਆਹ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਥੋੜ੍ਹੀ ਘੱਟ ਹੈ, ਨਹੀਂ ਤਾਂ ਨੇਤਾ ਪ੍ਰਤੀ ਘੱਟੋ ਘੱਟ ਡੇਢ ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ। ਤੋ ਆਪ ਬਹੁਤ ਬਹੁਤ ਆਪ ਪਟਭਾਗੇ ਹੋ, ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਹੇ ਨਾਲ ਬਹੁਤ ਬਹੁਤ ਧੰਨਵਾਦ ਜੀ।
ਆਓ ਜੀ ਗੁਰੂ ਕੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਰਾਜਸਥਾਨ ਜੋਧਪੁਰ ਤੋਂ ਆਏ ਹਾਂ, ਜੋ ਬੱਚੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਸ ਮੱਥਾ ਟੇਕਣ ਵਾਸਤੇ ਆਏ ਹਾਂ। ਸੰਗਤ ਫੁੱਲ ਇਕੱਠ, ਬਹੁਤ ਅਰਦਾਸ ਬੇਨਤੀ ਕੀਤੀ ਤੁਸੀਂ ਹਰਿਮੰਦਰ ਸਾਹਿਬ, ਅਰਦਾਸ ਕੀਤੀ ਸਾਰਿਆਂ ਨੇ ਸਫਲ।